ਅਸਲਾਮੁਅਲੈਕਮ ਜੀ ਮੈਂ ਤੁਹਾਡਾ ਪਾਈਸ ਸਵਰਸ਼ਾ ਤੇ ਤੁਸੀਂ ਦੇਖ ਰਹੇ ਹੋ ਕਾਜ਼ਮੀ ਬੈਸਟ ਟਰੈਕਟਰ ਚੈਨਲ ਉਮੀਦ ਕਰਨਾ ਸਾਰੇ ਪਰ ਆਖਰੀ ਤਨ ਹੋਣਗੇ ਪਰਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਾਂ ਦਾ ਤੇ ਪਰਾਂ ਵਾਸਤੇ ਲੈ ਕੇ ਆਏ ਜੀ ਟਰੈਕਟਰ ਫੋਰ ਸੇਲ ਫੀਅਰਡ 480 ਮਾਡਲ ਹੈ ਜੀ 2006 ਨੰਬਰ ਟਰੈਕਟਰ ਨੂੰ ਪੰਜਾਬ ਦਾ ਲੱਗੇ ਆ ਬਾਕੀ ਕੰਡੀਸ਼ਨ ਮੁਕੰਮਲ ਤੋਂ ਟਰੈਕਟਰ ਦੀ ਚੈੱਕ ਕਰਾਣੇ ਆ ਸ਼ੋ ਟਰੈਕਟਰ ਦਾ ਤੁਸੀਂ ਦੇਖਿਆ ਜੀ ਮੁਕੰਮਲ ਜੈਨੂਨ ਹੈ ਸਾਰਾ ਸ਼ੋ ਬਾਕੀ ਆ ਤੁਹਾਨੂੰ ਪੇਟੀ ਦਾ ਚੈੱਕ ਕਰਨਿਆ ਸਾਰਾ ਟਰੈਕਟਰ ਦਾ ਰੰਗ ਆਪਣਾ ਹੈ ਪੇਟੀ ਦਾ ਕਿਸੇ ਪਾਸੇ ਕੋਈ ਟੱਚਿੰਗ ਨਹੀਂ ਸ਼ੋ ਦਾ ਰੰਗ ਸੋਹਣਾ ਟਰੈਕਟਰ ਦਾ ਆਪਣੇ ਜੈਨੂਨ ਕੰਡੀਸ਼ਨ ਵਿੱਚ ਇੰਜਨ ਟਰੈਕਟਰ ਦਾ ਜੈਨੂਨ ਆਪਣਾ ਖੁੱਲਿਆ ਨਹੀਂ ਅਜਿਹਾ ਕਿ ਕਿਸੇ ਬਸੋਂ ਟੋਟਲ ਜੈਨੂਨ ਟਰੈਕਟਰ ਹੈ 102 ਪੰਦੂ ਸਾਫ ਹਰ ਚੀਜ਼ ਰੰਗ ਰੂਪ ਸਾਰਾ ਮੁਕੰਮਲ ਮਤਲਬ ਹਰ ਸ਼ਾਇਦ ਜੈਨੂਨ ਅਜੇ ਜੈਨੂਨ ਹਾਲਤੀ ਚ ਦੁਬਾਰਾ ਕੋਈ ਸ਼ਾਇਦ ਚ ਚੇਂਜ ਨਹੀਂ ਹੋਈ ਬਾਕੀ ਰੰਗ ਤੁਹਾਡੇ ਸਾਹਮਣੇ ਅੱਛੇ ਰੰਗ ਵਿੱਚ ਸੋਹਣਾ ਰੰਗ ਹੈ ਟਰੈਕਟਰ ਦਾ ਪਿਛਣੀਆਂ ਲਾਈਟਾਂ ਦੀ ਵਾਇਰਿੰਗ ਅਜੇ ਤੱਕ ਮੁਕੰਮਲ ਜੈਨੂਨ ਲੱਗੀ ਇਸੂ ਮਾੜੀ ਗਾਰਡਨ ਦਾ ਰੰਗ ਦੇਖ ਸਕਦੇ ਹੋ ਸੋਹਣਾ ਤੇ ਸਾਫ਼ ਸੁਥਰਾ ਰੰਗ ਹੈ ਆਪਣਾ ਜੈਨੂਨ ਰੰਗ ਵਿੱਚ ਬਾਕੀ ਟਾਇਰ ਟਰੈਕਟਰ ਦੇ ਆਪਣੇ ਜੈਨੂਨ ਨੇ ਜਰਨਲ ਦੇ ਜਿੰਨੇ ਵੀ ਆਣ ਨੇ ਤੇ ਰਿਮਾਂ ਦਾ ਰੰਗ ਸਾਫ਼ ਸੁਥਰਾ ਸੋਹਣਾ ਰੰਗ ਹੈ ਪਿੱਛੇ ਲਾਈਟ ਲੱਗੀ ਜੈਨੂਨ ਬਾਕੀ ਇਹ ਪਿਛਲੀ ਸਾਈਡ ਦੀ ਕੰਡੀਸ਼ਨ ਲਿੰਕਾਂ ਆਰਮ ਸਾਰੇ ਬਿਲਕੁਲ ਸਾਫ਼ ਨੇ ਕੋਈ ਟੁੱਟ ਭੱਜ ਨਹੀਂ ਕਿਸੇ ਪਾਸੇ ਕੋ ਟਾਂਕਾ ਨਹੀਂ ਲੱਗੇ ਹੈ ਮਾਡੀ ਕਾੜਾ ਦਾ ਰੰਗ ਦੇਖ ਸਕਦੇ ਹੋ ਦੋਵਾਂ ਸਾਈਡਾਂ ਦਾ ਬਾਕੀ ਇਹ ਦੂਸਰਾ ਟਾਇਰ ਵੀ ਦੇਖ ਸਕਦੇ ਹੋ ਜੀ ਸਾਫ ਟਾਇਰ ਨੇ ਤੇ ਜੈਨੂਨ ਟਰੈਕਟਰ ਦੇ ਆਪਣੇ ਟਾਇਰ ਨੇ ਦੁਬਾਰਾ ਬਦਲ ਹੀ ਨਹੀਂ ਆਏ ਟਿਊਬ ਦੇਖ ਸਕਦੇ ਹੋ ਸੋਹਣੇ ਰੰਗ ਵਿੱਚ ਹੈ ਅੱਛੀ ਕੰਡੀਸ਼ਨ ਵਿੱਚ ਟਰੈਕਟਰ ਬਹੁਤ ਹੀ ਅੱਛਾ ਹੈ ਸਾਫ ਸੁਥਰਾ ਰੰਗ ਤੋਂ ਨਜ਼ਰ ਆ ਰਿਹਾ ਟਰੈਕਟਰ ਦਾ ਸਾਰਾ ਹੀ ਮੁਕੰਮਲ ਬਾਕੀ ਇਹ ਦੂਸਰੀ ਸਾਈਡ ਦੇ ਰਿੰਗ ਦਾ ਰੰਗ ਚੈੱਕ ਕਰ ਸਕਦੇ ਹੋ ਜੀ ਬਾਕੀ ਇਹ ਪੀਟੀ ਵਾਲਾ ਜੀ ਇਹ ਅੰਡੇ ਚੂਪਾਂ ਦਾ ਰੰਗ ਸੋਹਣਾ ਹੈ ਗੇਰ ਰੋਜ਼ੰਦਾ ਰੰਗ ਸੋਹਣਾ ਹੈ ਸ਼ੋਧਾ ਰੰਗ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਸਾਫ਼ ਹੈ ਕੋਈ ਕਿਸੇ ਪਾਸੋਂ ਖਰਾਬ ਨਹੀਂ ਰੰਗ ਕੋਈ ਟਚਿੰਗ ਨਹੀਂ ਹੋਣੀ ਇਨਸ਼ਾਅੱਲਾ 2006 ਮਾਡਲ ਜੇ ਨੰਬਰ ਪੰਜਾਬ ਦਾ ਟਰੈਕਟਰ ਨੂੰ ਲੱਗੇ ਆ ਫਰੰਟ ਟਾਇਰ ਤੇ ਰਿਮਾਂ ਦਾ ਰੰਗ ਦੇਖ ਸਕਦੇ ਹੋ ਜੀ ਬਿਲਕੁਲ ਸਾਫ਼ ਹੈ ਸੋਹਣਾ ਪੇਟੀ ਦਾ ਰੰਗ ਸੋਹਣਾ ਜੀ ਸੁਥਰਾ ਹੈ ਐ ਨਜ਼ਰ ਆ ਰਿਹਾ ਜੀ ਕੋਈ ਟਰੈਕਟਰ ਖੁੱਲੇਆ ਨਹੀਂ ਹੈ ਜੈਨੂਨ ਚੈਂਬਰ ਜਿਹੜੀ ਜੈਨ ਵਿੱਚ ਬਾਕੀ ਆ ਕੇਲ ਕਾਬਲਤੋਂ ਨਜ਼ਰ ਆ ਰਿਹਾ ਟਰੈਕਟਰ ਦਾ ਸੋਹਣਾ ਰੰਗ ਟਰੈਕਟਰ ਦਾ ਸਾਰਾ ਹੀ ਸੋਹਣਾ ਮਾਸ਼ਾਅੱਲਾ ਚੰਗਾ ਟਰੈਕਟਰ ਹੈ ਤੇ ਬਾਕੀ ਟਰੈਕਟਰ ਦੀ ਜਿਹੜੀ ਲੋਕੇਸ਼ਨ ਹੈ ਉਹ ਇੱਕ ਔਟਲੀ ਰੋਡ ਇਸਲਾਮਗੜ ਜ਼ਿਲ੍ਹਾ ਮੀਰਪੁਰ ਨੰਬਰ ਅਸੀਂ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਦੇਵਾਂਗੇ ਤੁਸੀਂ ਆਪਣਾ ਡਾਇਰੈਕਟ ਰੰਮਤਾ ਕਰ ਲਿਓ ਬਾਕੀ ਟਰੈਕਟਰ ਦੀ ਜਿਹੜੀ ਡਿਮਾਂਡ ਜੇ ਉਹ ਇਸ 1.5 ਲੱਖ ਰੁਪਈਆ मालक डिमांड करते हैं साढ़े बारह लख रुपया मौके पर कमी पेशी हो जाएगी बाकी साडियो पसंद आई तो लाइक तो शेयर जरूर करिए दवें याद रखियो अल्लाह हाफिज़